ਸਤਿ ਸ਼੍ਰੀ ਅਕਾਲ ਜੀ, DPC ਪੰਜਾਬੀ ਦੇ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨ ਇੱਕ ਖਬਰ ਜਿਹੜੀ ਹੈ ਗੁਰਦਾਸ ਨੰਗਲ ਤੋਂ ਅਸੀਂ ਚਲਾਈ ਸੀ ਅਤੇ ਬਹੁਤ ਸਾਰੇ ਸਾਡੇ ਥਰੂ ਜਿਹੜੇ ਚੈਨਲਾਂ ਦੇ ਉੱਤੇ ਵੀ ਇਹ ਖਬਰ ਗਈ ਸੀ। ਤੁਹਾਨੂੰ ਦੱਸ ਦਈਏ ਕਿ ਇਹ ਖਬਰ ਬਹੁਤ ਜ਼ਿਆਦਾ ਵਾਇਰਲ ਹੋਣ ਤੋਂ ਬਾਅਦ ਅੱਜ ਜਿਹੜੀ ਇਹ ਮੀਡੀਆ ਪਾਵਰ ਆਫ ਮੀਡੀਆ ਅਤੇ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਦੀ ਪਾਵਰ ਦਾ ਜਿਹੜਾ ਪਤਾ ਲੱਗ ਗਿਆ, ਕਿਉਂਕਿ ਉਸ ਦਿਨ ਤੋਂ ਹੀ ਪੁਲਿਸ ਬਹੁਤ ਜ਼ਿਆਦਾ ਮਿਹਨਤ ਕਰਦੀ ਪਈ ਸੀ। ਬਹੁਤ ਜ਼ਿਆਦਾ ਪੁਲਿਸ ਦੀਆਂ ਜਿਹੜੀਆਂ ਨੇ ਉਹ ਮਤਲਬ ਦੌੜਾਂ ਲਗਾ ਰਹੀ ਸੀ ਬੱਚੇ ਨੂੰ ਲੱਭਣ ਦੇ ਵਾਸਤੇ। ਬੱਚਾ ਜਿਹੜਾ ਆ ਪਿੰਡ ਗੁਰਦਾਸ ਨੰਗਲ ਤੋਂ ਲਾਪਤਾ ਸੀ, 11 ਸਾਲ ਦਾ, ਦੀਪਕ ਸ਼ਰਮਾ, ਸਨ ਆਫ ਸੋਨੂ ਸ਼ਰਮਾ। ਅਤੇ ਅੱਜ ਅਸੀਂ ਫਿਰ ਉਹਨਾਂ ਦੇ ਘਰ ਪਹੁੰਚੇ ਹਾਂ, ਕਿਉਂਕਿ ਹੁਣੇ ਹੁਣੇ ਸਾਡੇ ਤੱਕ ਇੱਕ ਇਨਫੋਰਮੇਸ਼ਨ ਪਹੁੰਚੀ ਸੀ ਕਿ ਉਹ ਬੱਚਾ ਜਿਹੜਾ ਆ ਅੰਮ੍ਰਿਤਸਰ ਤੋਂ ਲੱਭ ਗਿਆ ਆ, ਬੱਚਾ ਘਰ ਆਉਂਦਾ ਆ। ਅਤੇ ਫਿਰ ਤੁਹਾਨੂੰ ਜਿਹੜੀਆਂ ਉਹ ਤਸਵੀਰਾਂ ਵੀ ਵਿਖਾਉਂਦੇ ਹਾਂ, ਮਾਂ ਪਿਓ ਦੀ ਜਿਹੜੀ ਖੁਸ਼ੀ ਉਹਦੇ ਨਾਲ ਵੀ ਤੁਹਾਨੂੰ ਰੂਬਰੂ ਕਰਦੇ ਹਾਂ। ਅੱਜ ਸਾਨੂੰ ਵੀ ਪਤਾ ਲੱਗ ਗਿਆ ਅਤੇ ਸ਼ਾਇਦ ਤੁਹਾਨੂੰ ਵੀ ਪਤਾ ਲੱਗ ਹੀ ਗਿਆ ਹੋਵੇਗਾ ਕਿ ਪਾਵਰ ਆਫ ਮੀਡੀਆ ਜਾਂ ਜੇਕਰ ਪੁਲਿਸ ਕੰਮ ਕਰਨਾ ਚਾਹੇ ਤਾਂ ਫਿਰ ਮੇਰੇ ਖਿਆਲ ਨਾਲ ਹਰ ਕੰਮ ਜਿਹੜਾ ਆ ਉਹ ਸੰਪੂਰਨ ਹੋ ਜਾਂਦਾ ਆ। ਅਤੇ ਇਸੇ ਤਰ੍ਹਾਂ ਪਾਵਰ ਆਫ ਮੀਡੀਆ, ਮੈਂ ਤਾਂ ਵਾਰ ਵਾਰ ਇਹੀ ਕਹਾਂਗਾ ਕਿ ਸੋਸ਼ਲ ਮੀਡੀਆ, ਜਿਹੜੇ ਭਰਾਵਾਂ ਨੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ, ਉਹਨਾਂ ਦਾ ਵੀ ਜਿਹੜਾ ਮੀਡੀਆ ਧੰਨਵਾਦ ਕਰਦਾ ਆ ਕਿ ਉਹਨਾਂ ਦੇ ਸ਼ੇਅਰ ਕਰਨ ਦੇ ਨਾਲ, ਲੋਕਾਂ ਤੱਕ ਪਹੁੰਚਾਉਣ ਦੇ ਨਾਲ ਜਿਹੜਾ ਆ ਅੱਜ ਮਾਂ ਪਿਓ ਦਾ ਬੱਚਾ ਉਹਨਾਂ ਦੀ ਝੋਲੀ ਦੇ ਵਿੱਚ ਵਾਪਸ ਪੈ ਗਿਆ ਆ। ਅਤੇ ਬੱਚਾ ਆਉਣ ਦੇ ਉੱਤੇ ਤੁਹਾਨੂੰ ਤਸਵੀਰਾਂ ਵਿਖਾਉਂਦੇ ਹਾਂ, ਨਾਲ ਦੀ ਨਾਲ ਮਾਪਿਆਂ ਨਾਲ ਗੱਲ ਵੀ ਕਰਾਉਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, DPC ਪੰਜਾਬੀ ਦੇ ਉੱਤੇ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਕਿ ਇਸ ਟਾਈਮ ਜਿਹੜਾ ਬੱਚਾ ਜਿਹੜਾ ਗੁੰਮ ਹੋ ਗਿਆ ਸੀ ਉਹ ਬੱਚਾ ਇਸ ਟਾਈਮ ਆਪਣੇ ਘਰ ਪਰਤਿਆ ਅਤੇ ਉਹਦੇ ਤਾਏ ਦੇ ਪੁੱਤਰ ਨੇ ਜਿਹੜਾ ਆ ਤੇਲ ਚੋ ਕੇ ਬੱਚੇ ਨੂੰ ਘਰ ਦੇ ਵਿੱਚ ਐਂਟਰੀ ਕਰਾਈ ਹੈ। ਬੜੀ ਹੀ ਵਧੀਆ ਗੱਲ ਹੈ, ਕਿਹਾ ਜਾਂਦਾ ਆ ਕਿ ਮੀਡੀਆ ਦੀ ਜਿਹੜੀ ਹੈ ਬੜੀ ਪਾਵਰ ਹੁੰਦੀ ਹੈ। ਮੀਡੀਆ ਦੀ ਪਾਵਰ ਦਾ ਤੁਸੀਂ ਆਪ ਹੀ ਦੇਖਦੇ ਪਏ ਹੋ ਰੂਪ, ਕਿ ਇਹ ਬੱਚਾ ਜਿਹੜਾ ਆ ਇਹ ਜਿਹੜਾ ਵਾਪਸ ਆਪਣੇ ਘਰ ਦੇ ਵਿੱਚ ਆ ਗਿਆ ਆ। ਮੀਡੀਆ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਦੌੜ ਲਾਈ ਜਿਹਦੇ ਕਰਕੇ ਜਿਹੜਾ ਆ ਬੱਚਾ ਆਪਣੇ ਘਰ ਜਿਹੜਾ ਆ ਵਾਪਸ ਆ ਗਿਆ ਆ। ਬੱਚੇ ਦਾ ਸਵਾਗਤ ਜਿਹੜਾ ਆ ਤਾਏ ਦੇ ਪੁੱਤਰ ਨੇ ਤੇਲ ਚੋ ਕੇ ਕੀਤਾ, ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਆ ਇੱਥੇ ਪਹੁੰਚਿਆ ਆ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰਿਵਾਰ ਦੇ ਨਾਲ, ਮਾਂ ਪਿਓ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਅੱਜ ਜਿਹੜਾ ਆ 14 ਤਰੀਕ ਨੂੰ ਬੱਚਾ ਲਾਪਤਾ ਹੋਇਆ ਸੀ, ਜਿਹੜਾ ਕਿ ਇਸ ਟਾਈਮ ਤੁਸੀਂ ਦੇਖਦੇ ਪਏ ਹੋ ਕਿ 20 ਤਰੀਕ ਨੂੰ ਠੀਕ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਆ ਬੱਚਾ ਤੁਸੀਂ ਦੇਖਦੇ ਪਏ ਹੋ ਤਸਵੀਰਾਂ ਦੇ ਵਿੱਚ ਕਿ ਆਪਣੇ ਘਰ ਜਿਹੜਾ ਆ ਬੜੇ ਹੀ ਵਧੀਆ ਤਰੀਕੇ ਦੇ ਨਾਲ, ਬੜੇ ਆਰਾਮ ਦੇ ਨਾਲ ਜਿਹੜਾ ਬੱਚਾ ਆ ਪਹੁੰਚ ਗਿਆ ਆ। ਮਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਬੱਚੇ ਦੀਆਂ ਤਸਵੀਰਾਂ ਤੁਸੀਂ ਦੇਖਦੇ ਪਏ ਹੋ ਵੀ ਬੱਚਾ ਪੂਰੀ ਤਰ੍ਹਾਂ ਰਾਜੀ ਬਾਜੀ ਜਿਹੜਾ ਆ ਆਪਣੇ ਘਰ ਦੇ ਵਿੱਚ ਪਹੁੰਚ ਗਿਆ ਆ। ਬੜੀ ਖੁਸ਼ੀ ਦੀ ਗੱਲ ਹੈ ਕਿ ਪੂਰੇ ਚੈਨਲਾਂ ਦੇ ਨਾਲ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਅਤੇ ਬੱਚਾ ਲੱਭਣ ਦੇ ਵਿੱਚ ਮਦਦ ਕੀਤੀ ਹੈ। ਅਤੇ ਇਸ ਟਾਈਮ ਤੁਸੀਂ ਤਸਵੀਰਾਂ ਜਿਹੜੀਆਂ ਨੇ ਮੇਰੇ ਨਾਲ ਦੇਖਦੇ ਪਏ ਹੋ, ਘਰ ਦਾ ਮਾਹੌਲ ਦੇਖਦੇ ਪਏ ਹੋ, ਗਲੀ ਮਹੱਲਾ ਇਸ ਟਾਈਮ ਪੂਰਾ ਜਿਹੜਾ ਆ ਨਾਲ ਜਿਹੜਾ ਆ ਚੁੱਕਾ ਆ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਨਾਲ ਹੀ ਜਿਹੜਾ ਆ ਮੁਲਾਜ਼ਮ ਪਹੁੰਚੇ ਨੇ ਬੱਚੇ ਨੂੰ ਘਰ ਤੱਕ ਪਹੁੰਚਾਉਣ ਦੇ ਲਈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਮੁਲਾਜ਼ਮਾਂ ਦੇ ਨਾਲ ਵੀ ਅਤੇ ਮਾਂ ਪਿਓ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਬੱਚੇ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਦੇਖਦੇ ਪਏ ਹੋ ਕਿ ਬੱਚਾ ਬਿਲਕੁਲ ਰਾਜੀ ਬਾਜੀ ਜਿਹੜਾ ਆ ਆਪਣੇ ਘਰ ਪਹੁੰਚ ਗਿਆ ਆ। ਅਤੇ ਜਿਹੜੀ ਤਸਵੀਰ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਇਹ ਸਿਰਫ ਅਤੇ ਸਿਰਫ ਤੁਹਾਡੇ ਸਹਿਯੋਗ ਦੇ ਨਾਲ, ਤੁਹਾਡੇ ਸ਼ੇਅਰ ਕਰਨ ਦੇ ਨਾਲ ਜਿਹੜਾ ਆ ਇਹ ਬੱਚਾ ਆਪਣੇ ਘਰ ਰਾਜੀ ਬਾਜੀ ਪਹੁੰਚ ਗਿਆ ਆ। ਤੁਹਾਨੂੰ ਦੱਸ ਦਈਏ
ਕਰੀਏ ਕਿ ਬੜੀ ਹੀ ਖੁਸ਼ੀ ਅਤੇ ਨਾਲ ਜਿਹੜੇ ਆ ਘਰ ਦੇ ਜਿਹੜੇ ਨੇ ਸਾਰੇ ਖੁਸ਼ ਨੇ। ਪਹਿਲਾਂ ਅਸੀਂ ਦਾਦੇ ਨਾਲ ਵੀ ਗੱਲਬਾਤ ਕੀਤੀ, ਦਾਦਾ ਵੀ ਬਹੁਤ ਜ਼ਿਆਦਾ ਖੁਸ਼ ਆ। ਇਸ ਟਾਈਮ ਮੇਰੇ ਆਪਣੇ ਜਿਹੜੇ ਆ ਉਹ ਜਿਹੜੇ ਹੱਥ ਕੰਬਦੇ ਪਏ ਆ, ਦਿਲ ਦੀ ਧੜਕਣ ਤੇਜ਼ ਹੋ ਰਹੀ ਹੈ ਕਿ ਸ਼ੁਕਰ ਹੈ ਕਿ ਰੱਬ ਕਰਨੀ ਦੇ ਨਾਲ ਜਿਹੜਾ ਆ ਬੱਚਾ ਜਿਹੜਾ ਆ ਆਪਣੇ ਘਰ ਵਾਪਸ ਪਹੁੰਚ ਗਿਆ ਆ, ਰਾਜੀ ਬਾਜੀ ਪਹੁੰਚ ਗਿਆ ਆ। ਅਤੇ ਨਾਲ ਦੀ ਨਾਲ ਜਿਹੜੀ ਪਹਿਲਾਂ ਤਾਂ ਆਪਾਂ ਮਾਂ ਜਿਹੜੀ ਉਦਣ ਜਿਹੜਾ ਵਿਰਲਾਪ ਕਰਦੀ ਪਈ ਸੀ, ਮਾਂ ਰੋਂਦੀ ਪਈ ਸੀ ਬੱਚੇ ਦੀ ਜਾਣ ਤੋਂ ਬਾਅਦ, ਮਾਂ ਨਾਲ ਹੀ ਗੱਲਬਾਤ ਕਰ ਲੈਂਦੇ ਹਾਂ ਕਿ ਮਾਂ ਕੀ ਕਹਿਣਾ ਚਾਹੁੰਦੀ ਹੈ। ਭੈਣ ਬੱਚਾ ਘਰ ਆ ਗਿਆ, ਰਾਜੀ ਬਾਜੀ ਕੀ ਕਹਿਣਾ ਚਾਹੋਗੇ? ਹਾਂਜੀ, ਬੱਚਾ ਅੱਜ ਬਹੁਤ ਦਿਨ ਬਾਅਦ ਆਇਆ, ਮੈਂ ਬਹੁਤ ਖੁਸ਼ ਹਾਂ, ਮੇਰੀ ਖੁਸ਼ੀ ਦੇ ਆਸੂ ਮੈਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਆਪਣੀ ਮਿਹਨਤ ਆਪਣੀ ਮੁਸ਼ਕਲ ਦੇ ਨਾਲ ਸਾਡਾ ਬੱਚਾ ਬਰਾਮਦ ਕੀਤਾ। ਮੈਡਮ SHO ਦਾ, DSP ਜੀ ਦਾ, ਮੈਂ ਸਾਰਿਆਂ ਦਾ ਬਹੁਤ ਬਹੁਤ ਦਿਲ ਤੋਂ ਸ਼ੁਕਰਗੁਜ਼ਾਰ ਹਾਂ, ਧੰਨਵਾਦ ਕਰਦੀ ਹਾਂ, ਇਹਨਾਂ ਨੇ ਸਾਡਾ ਬੱਚਾ ਬਰਾਮਦ ਕੀਤਾ ਰਾਜੀ ਖੁਸ਼ੀ। ਔਰ ਮੇਰੇ ਮਨ 'ਚ ਬਹੁਤ ਬਹੁਤ ਖਿਆਲ ਆ ਰਹੇ ਸੀ, ਲੇਕਿਨ ਅੱਜ ਮੈਂ ਇਹਨਾਂ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹਾਂ, ਬਹੁਤ ਜ਼ਿਆਦਾ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ। ਹਾਂਜੀ, ਮੈਂ ਲੋਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ, ਪੋਸਟ ਨੂੰ ਦੇਖਿਆ, ਜਿਨ੍ਹਾਂ ਨੇ ਪੜ੍ਹਿਆ, ਸਾਡਾ ਬੱਚਾ ਸਹੀ ਸਲਾਮਤ ਪਹੁੰਚਾਇਆ। ਮੈਂ ਬਹੁਤ ਬੱਚਾ ਘਰ ਆ ਰਿਹਾ ਹੁਣ, ਇਹ ਦਿਲ ਦੀ ਮੈਂ ਬਹੁਤ ਬਹੁਤ ਜ਼ਿਆਦਾ ਖੁਸ਼ ਹਾਂ, ਬਹੁਤ ਜ਼ਿਆਦਾ ਖੁਸ਼, ਮੈਂ ਬਿਆਨ ਨਹੀਂ ਕਰ ਸਕਦੀ। ਭੈਣ ਜਿਸ ਤਰ੍ਹਾਂ ਕਿ ਬੱਚਾ ਜਦੋਂ ਪਤਾ ਲੱਗਾ ਕਿ ਬੱਚਾ ਜਿਹੜਾ ਮਿਲ ਗਿਆ, ਉਦੋਂ ਕਿਸ ਤਰ੍ਹਾਂ ਦੀ ਖੁਸ਼ੀ? ਜਦੋਂ ਬੱਚਾ ਮਿਲ ਗਿਆ ਮੇਰੇ ਕਦਮ ਜਿਹੜੇ ਰੁਕ ਨਹੀਂ ਰਹੇ ਸੀ, ਬਸ ਇੱਦਾਂ ਰਹੀ ਸੀ ਕਿ ਮੈਂ ਭੱਜ ਕੇ ਆਪਣੇ ਬੱਚੇ ਕੋਲ ਚਲੀ ਜਾਵਾਂ ਔਰ ਗੱਲ ਨਾਲ ਲਗਾ ਲਾਂ ਆਪਣੇ ਬੱਚੇ ਨੂੰ। ਅਤੇ ਹੁਣ ਜਿਸ ਤਰ੍ਹਾਂ ਕਿ ਤੁਸੀਂ ਬੱਚਾ ਲੈ ਕੇ ਆ ਗਏ ਹੋ, ਹੁਣ ਜਿਹੜਾ ਆ ਪ੍ਰਸ਼ਾਸਨ ਅਤੇ ਮੀਡੀਆ ਬਾਰੇ ਕੀ ਕਹਿਣਾ ਚਾਹੋਗੇ? ਮੈਂ ਪ੍ਰਸ਼ਾਸਨ ਬਾਰੇ ਇਹੀ ਕਹਿਣਾ ਚਾਹਾਂਗੀ, ਇਹਨਾਂ ਦਾ ਬਹੁਤ ਧੰਨਵਾਦ ਹੈ, ਬਹੁਤ ਜ਼ਿਆਦਾ, ਮੀਡੀਆ ਨਾਲ ਦਾ ਵੀ, ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਚਲੋ ਮਿਹਰਬਾਨੀ ਜੀ। ਪੁੱਤ ਤੂੰ ਕੁਝ ਕਹਿਣਾ ਚਾਹੇਗਾ ਆਪਣੀ ਮੰਮੀ ਕੋਲ ਆ ਗਿਆ? ਅੱਖਾਂ ਦੇ ਵਿੱਚੋਂ ਵੀ ਜਿਹੜੇ ਆ ਅਥਰੂ ਵਹਿ ਰਹੇ ਆ, ਕਿਉਂਕਿ ਬੱਚਾ ਜਦੋਂ ਗਲਤੀ ਤਾਂ ਕਰ ਬੈਠਾ, ਪਰ ਕਿਤੇ ਨਾ ਕਿਤੇ ਬੱਚੇ ਨੂੰ ਵੀ ਸ਼ਾਇਦ ਇਹ ਲੱਗਿਆ ਹੋਵੇਗਾ ਕਿ ਮੈਂ ਗਲਤੀ ਕਰ ਬੈਠਾ। ਬੱਚਾ ਆਪਣੇ ਮਾਂ ਪਿਓ ਦੇ ਕੋਲ ਜਿਹੜਾ ਆ ਇਸ ਟਾਈਮ ਪਹੁੰਚ ਚੁੱਕਾ ਆ, ਮਾਂ ਜਿਹੜੀ ਇਹ ਖੁਸ਼ ਆ, ਬੱਚੇ ਦਾ ਇੱਕ ਹਿਸਾਬ ਦਾ ਜਿਹੜਾ ਆ ਪੁਨਰ ਜਨਮ ਜਿਹੜੀ ਹੋਣ ਵਾਲੀ ਗੱਲ ਹੋ ਜਾਂਦੀ ਹੈ ਕਿ ਜਿਹੜਾ ਆ ਬੱਚਾ ਆਪਣੇ ਜਿਹੜਾ ਘਰ ਬਿਲਕੁਲ ਰਾਜੀ ਬਾਜੀ ਪਹੁੰਚ ਗਿਆ ਆ। ਇਸ ਟਾਈਮ ਬੱਚੇ ਦੇ ਫਾਦਰ ਵੀ ਸਾਡੇ ਨਾਲ ਆ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਕਿ ਕਿਵੇਂ ਦੇਖਦੇ ਹੋ ਸਾਰਾ ਪ੍ਰੋਗਰਾਮ। ਠੀਕ ਆ, ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦਾ, ਜਿਨ੍ਹਾਂ ਨੇ ਹਰ ਟਾਈਮ ਦਿਨ ਰਾਤ ਕਰਕੇ ਸਾਡੀ ਮਦਦ ਕੀਤੀ ਆ, ਵੀ ਸਾਡੇ ਨਾਲ ਚੱਲੇ ਰਹੇ, ਜੇ ਕਿਸੇ ਚੀਜ਼ ਤੋਂ ਕਮੀ ਨਹੀਂ ਆਉਣ ਦਿੱਤੀ, ਪੈਸੇ ਧੇਲੇ ਤੋਂ ਵੀ ਸਾਡੀ ਬਹੁਤ ਮਦਦ ਕੀਤੀ ਆ। ਸਾਡਾ ਫੋਨ ਬੰਦ ਸੀ, ਉਹ ਵੀ ਇਹਨਾਂ ਨੇ ਚਾਲੂ ਕਰਵਾ ਕੇ ਦਿੱਤਾ, ਵੀ ਤੁਸੀਂ ਵੀ ਕੋਸ਼ਿਸ਼ ਕਰੋ, ਤਾਂ ਅਸੀਂ ਵੀ ਕਰ ਰਹੇ ਹਾਂ ਕੋਸ਼ਿਸ਼, ਚਲੋ ਕਿਤੇ ਨਾ ਕਿਤੇ ਬੱਚਾ ਮਿਲ ਜਾਏ। ਬਹੁਤ ਇਹਨਾਂ ਨੇ ਮਿਹਨਤ ਕੀਤੀ, ਸਾਰੇ ਕੈਮਰੇ ਕੁਮਰੇ ਚੈੱਕ ਕਰਤੇ, ਜਿੱਦਾਂ ਦੀ ਇਨਫੋਰਮੇਸ਼ਨ ਇਹਨਾਂ ਨਾਲ ਮਿਲਦੀ ਰਹੀ, ਉਹ ਮਤਲਬ ਵੀ ਉਹਨਾਂ ਨੇ ਪੂਰੀ ਕਾਰਵਾਈ ਕਰਕੇ ਸਾਡਾ ਬੱਚਾ ਬਰਾਮਦ ਕਰਕੇ ਸਾਨੂੰ ਸਾਡੇ ਹਵਾਲੇ ਕਰ ਦਿੱਤਾ। ਅਸੀਂ SHO ਬਲਜੀਤ ਕੌਰ ਦਾ ਅਤੇ DSP ਦਾ ਕੁਲਵੰਤ ਸਿੰਘ ਦਾ ਧੰਨਵਾਦ ਕਰਦੇ ਹਾਂ, ਸਾਰੇ ਪੁਲਿਸ ਮੁਲਾਜ਼ਮ ਦਾ ਵੀ ਧੰਨਵਾਦ ਕਰਨਾ, ਜਿਨ੍ਹਾਂ ਦੇ ਸਹਿਯੋਗ ਦੇ ਨਾਲ ਸਾਡਾ ਬੱਚਾ ਸਾਨੂੰ ਮਿਲ ਗਿਆ ਹੈ ਸਹੀ ਸਲਾਮਤ। ਜਦੋਂ ਵੀਡੀਓ ਜਿਹੜੀ ਵਾਇਰਲ ਹੋਈ ਹੈ, ਤਕਰੀਬਨ ਕਿਹਾ ਜਾਂਦਾ ਕਿ ਵੀਡੀਓ ਦੇਖਣ ਤੋਂ ਬਾਅਦ ਜਿਹੜਾ ਆ ਪਤਾ ਲੱਗਦਾ ਆ ਨਿਹੰਗ ਸਿੰਘ ਕੋਈ ਛੱਡ ਕੇ ਜਾਂਦਾ ਆ, ਵੀਡੀਓ ਬਹੁਤ ਜ਼ਿਆਦਾ ਸ਼ੇਅਰ ਹੋਈ, ਜਿਨ੍ਹਾਂ ਨੇ ਸ਼ੇਅਰ ਕੀਤੀ ਉਹਨਾਂ ਵੱਲੋਂ ਕੀ ਕਹਿਣਾ ਚਾਹੋਗੇ? ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਵੀਡੀਓ ਸ਼ੇਅਰ ਕੀਤੀ ਹੈ, ਅਤੇ ਮੁਲਾਜ਼ਮਾਂ ਨੂੰ ਵੀ ਇੱਕ ਗੱਲ ਦੀ ਇਨਫੋਰਮੇਸ਼ਨ ਹੋਈ, ਜਾਂ ਉਹਨਾਂ ਨੇ ਵੀਡੀਓ ਦੇਖੀ ਆ ਅਤੇ ਬੱਚਾ ਫੋਨ ਆਇਆ ਅਤੇ ਉਹਨਾਂ ਨੇ ਬੱਚਾ ਬਰਾਮਦ ਕਰਕੇ ਸਾਨੂੰ ਦਿੱਤਾ।
ਏਸੀ ਜੀ ਇਸ ਟਾਈਮ ਸੋਨੂੰ ਸ਼ਰਮਾ ਜੀ ਜੋ ਕਿ ਬੇਟੇ ਦੇ ਨਾਲ ਆਏ ਨੇ ਪਹੁੰਚੇ ਨੇ ਸਾਡੇ ਨਾਲ ਇੱਥੇ ਮੁਲਾਜ਼ਮ ਵੀ ਜਿਹੜੇ ਨੇ ਪਹੁੰਚੇ ਨੇ ਮੁਲਾਜ਼ਮ ਇਸ ਟਾਈਮ ਬੱਚੇ ਨੂੰ ਘਰ ਦੇ ਵਿੱਚ ਲੈ ਕੇ ਆਏ ਨੇ ਗੱਲਬਾਤ ਕਰ ਲੈਂਦੇ ਹਾਂ SHO ਬਲਜੀਤ ਕੌਰ ਜੀ ਤਾਂ ਨਹੀਂ ਪਹੁੰਚੇ ਘਰ ਕਿਉਂਕਿ ਡਿਊਟੀਆਂ ਜਿਹੜੀਆਂ ਨੇ ਬੜੀਆਂ ਸਖਤ ਹੁੰਦੀਆਂ ਨੇ ਇਸ ਕਰਕੇ ਨਹੀਂ ਪਹੁੰਚੇ ਪਰ ਇਸ ਟਾਈਮ ASI ਜਸਵਿੰਦਰ ਸਿੰਘ ਜੀ ਜਿਹੜੇ ਆ ਆਪਣੀ ਟੀਮ ਦੇ ਨਾਲ ਬੱਚੇ ਨੂੰ ਨਾਲ ਲੈ ਕੇ ਪੇਰੈਂਟਸ ਦੇ ਕੋਲ ਪਹੁੰਚੇ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਕੀ ਕਹਿਣਾ ਚਾਹੋਗੇ ਸਰ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਸਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਬੱਚਾ ਬਰਾਮਦ ਹੋਇਆ ਬਾਕੀ ਮੀਡੀਆ ਦੇ ਜ਼ਰੀਏ ਸਾਡੇ ਪੁਲਿਸ ਅਫਸਰ ਸਿੰਘ ਨੇ ਉਸਨੇ ਬਹੁਤ ਮਿਹਨਤ ਕੀਤੀ ਹੈ ਮਿਹਨਤ ਸਾਰੇ ਮੀਡੀਆ ਦੇ ਜ਼ਰੀਏ ਸਾਰੇ ਬੱਚਿਆਂ ਤੋਂ ਅਸੀਂ ਪਹੁੰਚ ਪਾਏ ਤਾਂ ਬੱਚਿਆਂ ਨੂੰ ਮਾਂ ਪਿਓ ਸਿਸਟਮ ਉਹਨਾਂ ਨੇ ਘਰ ਪਹੁੰਚਾ ਦਿੱਤਾ ਸਰ ਇੱਕ ਬੜੀ ਵੱਡੀ ਉਪਲਬਧੀ ਹੈ ਪੁਲਿਸ ਵਾਸਤੇ ਵੀ ਇਸ ਚੀਜ਼ ਨੂੰ ਕਿਵੇਂ ਬਿਆਨ ਕਰੋ ਬਿਲਕੁਲ ਜੀ ਉਪਲਬਧੀ ਤਾਂ ਹੈ ਅਤੇ ਇਸ ਤਰ੍ਹਾਂ ਬੱਚੇ ਨੂੰ ਬਿਨਾਂ ਦੱਸਿਆ ਬੱਚੇ ਚੱਲ ਗਿਆ ਸੀ ਘਰੋਂ ਅਤੇ ਕਿੱਥੇ ਚੱਲ ਗਿਆ ਕਿਸੇ ਨੂੰ ਕੋਈ ਪਤਾ ਨਹੀਂ ਸੀ ਉਪਲਬਧੀ ਤਾਂ ਚਲੋ ਸਾਰਿਆਂ ਦੇ ਸਹਿਯੋਗ ਦੇ ਨਾਲ ਮੀਡੀਆ ਦੇ ਜ਼ਰੀਏ ਮਾਂ ਪਿਓ ਦੇ ਜ਼ਰੀਏ ਸਾਰੇ ਅਫਸਰਾਂ ਦੇ ਪੁਲਿਸ ਅਫਸਰਾਂ ਦੇ ਜ਼ਰੀਏ ਸਾਡੇ ਪੁਲਿਸ ਮੁਲਾਜ਼ਮ ਮਿਹਨਤ ਕਰੀ ਕਿਸ ਨਾ ਕਿਸ ਤਰ੍ਹਾਂ ਆਪਾਂ ਉਸ ਮੰਜ਼ਿਲ ਦਾ ਜਿਹੜੇ ਪਹੁੰਚ ਗਏ ਬਹੁਤ ਸਾਰੇ ਲੋਕ ਕਹਿੰਦੇ ਪੁਲਿਸ ਨੇ ਕਮੀ ਹੈ ਕੁਝ ਕਰਦੀ ਨਹੀਂ ਪਰ ਅੱਜ ਜਿਹੜਾ ਆ ਇੱਕ ਬੜੀ ਤਗੜੀ ਜਿਹੜੀ ਕਾਰਵਾਈ ਕਰਕੇ ਬੱਚੇ ਨੂੰ ਮਾਪਿਆਂ ਤੱਕ ਪਹੁੰਚਾਉਣਾ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਦੇਖੋ ਜੀ ਇਹ ਤਾਂ ਸਾਰੇ ਸਾਹਮਣੇ ਆ ਜੀ ਹੁਣ ਪਰਿਵਾਰ ਦੇ ਵੀ ਜੋ ਤੁਹਾਨੂੰ ਬਿਆਨ ਦਿੱਤੇ ਆ ਅਤੇ ਪਬਲਿਕ ਦੇ ਸਾਹਮਣੇ ਆ ਜੀ ਪੁਲਿਸ ਦਿਨ ਰਾਤ ਆਪਣੇ ਜਿਹੜੇ ਫਰਜ਼ ਨਿਭਾਇਆ ਆਪ ਡਿਊਟੀ ਦਾ ਉਹ ਫਰਜ਼ ਨਿਭਾਇਆ ਜੀ ਆਪਣਾ ਸਾਰਾ ਜਿਹੜਾ ਫਰਜ਼ ਆਪਣਾ ਫਰਜ਼ ਅਦਾ ਕੀਤਾ ਜੀ ਸਰ ਜਿਹੜੇ ਲੋਕ ਤੁਹਾਡਾ ਐਟ ਟਾਈਮ ਜੂ ਸੁਣਦੇ ਪਏ ਆ ਛੋਟੇ ਬੱਚੇ ਆ ਉਹਨਾਂ ਨੂੰ ਬੱਚਿਆਂ ਦੇ ਲਈ ਪ੍ਰੋਵੀਜ਼ਨ ਜਾਂ ਬੱਚਿਆਂ ਦਾ ਖਿਆਲ ਰੱਖਣ ਵਾਸਤੇ ਤੁਸੀਂ ਕੀ ਕਹਿਣਾ ਬਿਲਕੁਲ ਜੀ ਅਸੀਂ ਇਹ ਗੱਲ ਜ਼ਰੂਰ ਕਹਾਂਗੇ ਜੇ ਕੋਈ ਵੀ ਬੱਚਾ ਵਾ ਪੇਰੈਂਟਸ ਨੂੰ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਸਾਡਾ ਬੱਚਾ ਕਿੱਧਰ ਆ ਰਿਹਾ ਕਿੱਧਰ ਜਾ ਰਿਹਾ ਅਤੇ ਬੱਚਿਆਂ ਨੂੰ ਵੀ ਚਾਹੀਦਾ ਆਪਣਾ ਮਾਂ ਬਾਪ ਦੱਸੇ ਬਿਨਾਂ ਕਿਤੇ ਨਾ ਜਾਣ ਬਿਨਾਂ ਦੱਸੇ ਕਿਤੇ ਇੱਧਰ ਉੱਧਰ ਨਾ ਜਾਣ ਜਿੱਥੇ ਵੀ ਜਾਣ ਆਪਣੇ ਮਾਂ ਬਾਪ ਨੇ ਪੇਰੈਂਟਸ ਦੱਸ ਕੇ ਜਾਣ ਬਿਲਕੁਲ ਜੀ ਸਰ ਇਸ ਟਾਈਮ ਬੱਚਾ ਘਰ ਲੈ ਕੇ ਆਏ ਹੋ ਪਿੰਡ ਦੇ ਵਿੱਚ ਵੀ ਤੁਸੀਂ ਲੋਕਾਂ ਦਾ ਜਿਹੜਾ ਆ ਦੇਖਿਆ ਵੀ ਕਿਸ ਤਰ੍ਹਾਂ ਲੋਕ ਵੇਟ ਕਰਦੇ ਪਏ ਆ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਹੁੰਦੀ ਹੈ ਨਾ ਬਿਲਕੁਲ ਸਾਨੂੰ ਤਾਂ ਖੁਦ ਨੂੰ ਬਹੁਤ ਖੁਸ਼ੀ ਹੋਈ ਜਦੋਂ ਬੱਚਾ ਮਿਲਿਆ ਸਾਨੂੰ ਪਰ ਮੇਰੇ ਬੱਚੇ ਪਬਲਿਕ ਬੰਦੇ ਪਿੰਡ ਦੇ ਜਿਹੜੇ ਲੋਕ ਨੇ ਇਹ ਵੀ ਖੁਸ਼ ਨੇ ਮਾਂ ਪਿਓ ਪੂਰਾ ਖੁਸ਼ ਆ ਜੀ ਅਸੀਂ ਉਹਨਾਂ ਸਾਡੇ ਖੁਸ਼ ਹਾਂ ਸਾਡੀ ਖੁਸ਼ ਸਹਿਮਤ ਮਿਹਨਤ ਦਾ ਫਲ ਜਿਹੜਾ ਘੱਟ ਸਮੇਂ 'ਚ ਮਿਲ ਗਿਆ ਬਿਲਕੁਲ ਜੀ ਜਿਵੇਂ ਕਿ ਬੱਚਾ ਗਿਆ ਸੀ ਇਸ ਟਾਈਮ ਤੁਸੀਂ ਦੇਖਦੇ ਪਏ ਹੋ ਜਸਵਿੰਦਰ ਸਿੰਘ ASI ਸਾਡੇ ਨਾਲ ਜੁੜੇ ਹੋਏ ਨੇ ਧਾਰੀਵਾਲ ਥਾਣੇ ਤੋਂ ਜਿਹੜਾ ਬੱਚੇ ਨੂੰ ਨਾਲ ਲੈ ਕੇ ਇੱਥੇ ਆਏ ਨੇ ਤੁਹਾਨੂੰ ਦੱਸਦੀ ਕਿ ਬਹੁਤ ਜਲਦ ਜਿਹੜਾ ਮਿਹਨਤ ਦਾ ਫਲ ਜਿਹੜਾ ਆ ਮਿਲ ਗਿਆ ਆ ਕਹਿਣ ਤੋਂ ਭਾਵ ਵੀ ਬੱਚੇ ਕਈ ਵਾਰੀ ਇਸ ਤਰ੍ਹਾਂ ਗਵਾਚ ਜਾਣ ਜਾਂ ਕੋਈ ਵੀ ਬੱਚਾ ਗਵਾਚੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਆ ਮੀਡੀਆ ਅਤੇ ਪੁਲਿਸ ਪ੍ਰਸ਼ਾਸਨ ਦੀ ਪੂਰੀ ਦੌੜ ਦੇ ਨਾਲ ਜਿਹੜਾ ਆ ਇਸ ਟਾਈਮ ਬੱਚਾ ਮਾਂ ਪਿਓ ਦੀ ਗੋਦ ਦੇ ਵਿੱਚ ਜਿਹੜਾ ਆ ਆਉਣ ਬੈਠਾ ਆ ਬੜੀ ਖੁਸ਼ੀ ਦੀ ਗੱਲ ਆ ਅਤੇ ਬਹੁਤ ਵਧੀਆ ਲੱਗਾ ਇਸ ਟਾਈਮ ਤੁਸੀਂ ਦੇਖਦੇ ਪਏ ਬਟਾਲੇ ਦੇ ਵਿੱਚ ਬੱਚਾ ਜਿਹੜਾ ਆ ਬਰਾਮਦ ਕੀਤਾ ਗਿਆ ਆ ਬਟਾਲੇ ਦੇ ਵਿੱਚ ਬੱਚੇ ਨੂੰ ਕੋਈ ਛੱਡ ਕੇ ਗਿਆ ਉਹ ਕਿਵੇਂ ਛੱਡ ਕੇ ਗਿਆ ਕੀ ਗੱਲਬਾਤ ਆ ਇਸ ਟਾਈਮ ਬਟਾਲਾ ਨਿਵਾਸੀ ਜਿਹੜੇ ਨੇ ਉਹ ਵੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਭਾਅ ਜੀ ਕੀ ਰਿਸ਼ਤੇਦਾਰੀ ਸੀ ਤੁਹਾਡੀ ਇਹਨਾਂ ਨਾਲ ਆਪਣੇ ਰਿਸ਼ਤੇਦਾਰ ਨੇ ਆਪਣਾ ਮੇਰੀ ਮਾਸੀ ਹੋਣਾ ਦਾ ਬੇਟਾ ਵਾ ਅਤੇ ਇਨਫੋਰਮੇਸ਼ਨ ਮਿਲੀ ਸੀ ਅਸੀਂ ਸਰ ਹੋਣਾਂ ਨੂੰ ਦੱਸਿਆ ਵੀ ਇੱਦਾਂ ਦਾ ਗੱਲਬਾਤ ਆ ਪਰ ਸਰ ਹੋਣੀ ਆਪਣੀ ਪਾਰਟੀ ਸਮੇਤ ਪਹੁੰਚੇ ਇਹਨਾਂ ਨੇ ਬੱਚਾ ਬਰਾਮਦ ਕੀਤਾ ਬਾਕੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਇਹਨਾਂ ਦੇ ਯਤਨਾਂ ਸਦਕਾ ਮੀਡੀਆ ਦੇ ਯਤਨਾਂ ਸਦਕਾ ਹੀ ਇਹ ਬੱਚਾ ਲੱਭ ਪਾਇਆ ਪੁਲਿਸ ਸਾਡੀ ਬਹੁਤ ਵਧੀਆ ਵਾ ਆਪਣੇ ਜ਼ਿਲ੍ਹੇ ਦੀ ਧਾਰੀਵਾਲ ਦੀ ਇਹਨਾਂ ਦੇ ਯਤਨਾਂ ਸਦਕਾ ਅਤੇ ਤੁਹਾਡੇ ਯਤਨਾਂ ਸਦਕਾ ਹੀ ਇਹ ਬੱਚਾ ਲੱਭਿਆ ਵਾ ਅਤੇ ਚਲੋ ਸਾਨੂੰ ਬੜੀ ਖੁਸ਼ੀ ਆ ਵੀ ਸਾਡਾ ਬੱਚਾ ਸਾਡੇ ਕੋਲ ਵਾ ਅਤੇ ਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਬੱਚੇ ਨੂੰ ਛੱਡ ਕੇ ਗਈ ਉਹਨਾਂ ਨੇ ਬੱਚਾ ਕਿੱਥੋਂ ਫੜਿਆ ਜਾਂ ਤੁਹਾਡੇ ਤੱਕ ਪਹੁੰਚਾਇਆ ਕਿਸ ਤਰ੍ਹਾਂ ਪਹੁੰਚਾਇਆ ਉਹਨਾਂ ਨੇ ਇਹ ਬੱਚਾ ਨਾ ਮਤਲਬ ਇਨਫੋਰਮੇਸ਼ਨ ਮਿਲੀ ਸੀ ਅਸੀਂ ਸਾਰਾ ਉਹਨਾਂ ਨਾਲ ਕੰਟੈਕਟ ਕੀਤਾ ਇਹ ਆਪਣੀ ਪਾਰਟੀ ਸਮੇਤ ਪਹੁੰਚੇ ਆ ਅਤੇ ਇਹਨਾਂ ਨੇ ਹੀ ਬਰਾਮਦ ਕੀਤਾ ਬੱਚਾ ਹਾਂਜੀ ਅਸੀਂ ਇਹਨਾਂ ਨੂੰ ਕਿਹਾ ਵੀ ਸਰ ਇੱਦਾਂ ਦਾ ਗੱਲਬਾਤ ਆ
ਥੋੜ੍ਹੇ ਕਲੂ ਮਿਲਿਆ ਸਾਨੂੰ ਅਤੇ ਆਪਣੀ ਮੌਕੇ 'ਤੇ ਆਪਣੀ ਪਾਰਟੀ ਸਮੇਤ ਪਹੁੰਚੇ ਨੇ ਆਪਣੀ ਟੀਮ ਲੈ ਕੇ ਅਤੇ ਫਿਰ ਆ ਕੇ ਬੱਚੇ ਨੂੰ ਬਰਾਮਦ ਕੀਤਾ ਵਾ। ਸਰ ਜਿਹੜਾ ਕਹਿ ਰਹੇ ਕਿ ਦਰਬਾਰ ਸਾਹਿਬ ਸੁੱਤਾ ਪਿਆ ਉਹ ਕਿਵੇਂ ਮਤਲਬ ਕਿੰਨਾ ਨੇ ਦੇਖਿਆ ਉੱਥੇ ਜਾਂ ਕਿਸ ਤਰ੍ਹਾਂ? ਉਹ ਬਾਕੀ ਸਾਰਾ ਬੱਚੇ ਨੇ ਦਿੱਤੇ ਆ ਬਿਆਨ ਅਤੇ ਉਹਦੀ ਜਾਣਕਾਰੀ ਸਾਰੀ ਇਹਨਾਂ ਅਫਸਰਾਂ ਦੇ ਕੋਲ ਆ ਅਤੇ ਬਾਕੀ ਹਲੇ ਬੱਚੇ ਨੂੰ ਲਿਆਂਦਾ ਵਾ ਹੁਣ ਪੁੱਛਾਂਗੇ। ਹਾਂਜੀ ਏ ਸੀ ਜੀ ਇਸ ਟਾਈਮ ਬਟਾਲਾ ਤੋਂ ਜਿਨ੍ਹਾਂ ਦੇ ਕੋਲ ਬੱਚੇ ਨੂੰ ਜਿਹੜਾ ਛੱਡ ਕੇ ਜਾਇਆ ਜਾਂਦਾ ਬੱਚੇ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਨ ਦੀ ਕੋਸ਼ਿਸ਼। ਪੁੱਤ ਤੂੰ ਕਿੱਥੇ ਗਿਆ ਸੀ? ਜਿੱਥੋਂ ਪਤਾ ਲੱਗਿਆ ਬੱਚੇ ਨੂੰ ਕਿਸੇ ਬਾਬਾ ਜੀ ਨੇ ਦੇਖਿਆ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਕੰਟੈਕਟ ਕੀਤਾ ਧਾਰੀਵਾਲ ਤੋਂ ਇਮੀਡੀਏਟ ਉਸੇ ਵੇਲੇ ਪੁਲਿਸ ਪ੍ਰਸ਼ਾਸਨ ਜਿਹੜਾ ਹਰਕਤ ਦੇ ਵਿੱਚ ਆਉਂਦਾ ਬਟਾਲਾ ਪਹੁੰਚ ਕੇ ਜਿਹੜਾ ਆ ਉਸ ਬਾਬਾ ਜੀ ਤੋਂ ਬੱਚੇ ਨੂੰ ਜਿਹੜਾ ਆ ਆਪਣੇ ਹਵਾਲੇ ਦੇ ਵਿੱਚ ਲੈ ਲੈਂਦਾ ਆ ਅਤੇ ਉਸ ਤੋਂ ਬਾਅਦ ਮਾਂ ਪਿਓ ਨਾਲ ਕੰਟੈਕਟ ਕਰਕੇ ਮਾਂ ਪਿਓ ਤੱਕ ਜਿਹੜਾ ਆ ਬੱਚੇ ਨੂੰ ਛੱਡ ਦਿੱਤਾ ਗਿਆ ਆ। ਬੜੀ ਵੱਡੀ ਗੱਲ ਆ ਕਿ ਬੱਚਾ ਅੱਜ ਰਾਜੀਬਾਜੀ ਜਿਹੜਾ ਆਪਣੇ ਘਰ ਬੜੇ ਹੀ ਵਧੀਆ ਤਰੀਕੇ ਦੇ ਨਾਲ ਪਹੁੰਚ ਗਿਆ ਆ। ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ, ਉਹਨਾਂ ਲੋਕਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੱਚੇ ਦੀ ਵੀਡੀਓ ਨੂੰ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਜਿਹੜਾ ਆ ਪੁਲਿਸ ਪ੍ਰਸ਼ਾਸਨ ਤੱਕ ਇਹ ਬੱਚਾ ਜਿਹੜਾ ਪਹੁੰਚਿਆ ਆ। ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਅਤੇ ਮੀਡੀਆ ਦਾ ਨਾਲ ਦੀ ਨਾਲ ਸ਼ੇਅਰ ਕਰਨ ਵਾਲਿਆਂ ਦਾ। ਤੁਸੀਂ ਦੇਖਦੇ ਪਿਓ ਮੇਰੇ ਨਾਲ DPC ਪੰਜਾਬੀ ਬਣੇ ਰਹੋ ਇਸੇ ਤਰ੍ਹਾਂ ਚੈਨਲ ਦੇ ਉੱਤੇ ਤਾਂ ਕਿ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੀ ਹੀ ਆਰਾਮ ਦੇ ਨਾਲ। ਧੰਨਵਾਦ।